ਰਾਧਾ ਸਵਾਮੀ ਬਾਬਾ ਜੀ, ਥੈਂਕ ਯੂ ਮੌਕਾ ਦਿੱਤਾ। ਬਾਬਾ ਜੀ, ਕਈ ਲੋਕਾਂ ਨੂੰ ਸੁਪਨੇ 'ਚ ਨਾਮਦਾਨ ਮਿਲ ਜਾਂਦਾ ਆ, ਕੀ ਉਹ ਸੱਚ ਹੈ? ਬੇਟਾ, ਸੁਪਨੇ 'ਚ ਤਾਂ ਕੋਈ ਰਾਜਾ ਬਣ ਜਾਂਦਾ, ਕੋਈ ਪ੍ਰਧਾਨ ਮੰਤਰੀ ਬਣ ਜਾਂਦਾ, ਕੋਈ ਜਰਨੈਲ ਬਣ ਜਾਂਦਾ, ਉਹ ਹੁਕਮ ਚਲਾਉਣਾ ਸ਼ੁਰੂ ਕਰਦੇ ਹੋ, ਤੁਸੀਂ ਮੰਨੋਗੇ ਉਹਦੀ ਗੱਲ? ਨਹੀਂ ਫਿਰ ਬਾਬਾ ਜੀ, ਅਕਸਰ ਤੁਸੀਂ ਕਹਿੰਦੇ ਕਿ ਸਾਨੂੰ ਹਰ ਰੋਜ਼ 2.5 ਘੰਟੇ ਭਜਨ ਸਿਮਰਨ ਕਰਨਾ ਚਾਹੀਦਾ ਆ, ਪਰ ਕਈ ਵਾਰ ਜ਼ਿੰਦਗੀ ਦੇ ਵਿੱਚ, ਮੰਨ ਲਓ ਕੋਈ ਘਰ ਦੇ ਵਿੱਚ ਫੰਕਸ਼ਨ ਆ ਜਾਂ ਸੇਵਾ ਦੇ ਵਿੱਚ ਜ਼ਿਆਦਾ ਟਾਈਮ ਲੱਗ ਗਿਆ, ਤਾਂ ਕਈ ਵਾਰ ਜੇ ਮੰਨ ਲਓ ਅੱਧਾ ਘੰਟਾ ਜਾਂ 45 ਮਿੰਟ ਅਸੀਂ ਛੱਡ ਦਿੰਦੇ ਹਾਂ, ਠੀਕ ਹੈ, ਕੀ ਅਗਰ ਅਸੀਂ ਦੂਜੇ ਦਿਨ ਕਰਦੇ ਹਾਂ ਉਹ ਐਡਜਸਟਮੈਂਟ ਹੈਗੀ ਹੈ ਜਾਂ ਹਾਰਡ ਐਂਡ ਫਾਸਟ ਆ ਕਿ 2.5 ਘੰਟੇ ਸਾਨੂੰ ਕਰਨੇ ਹੀ ਪੈਣ ਇੱਕ ਦਿਨ ਦੇ ਵਿੱਚ? ਕਰ ਸਕਦੇ ਹਾਂ ਬੇਟਾ, ਮਗਰ ਕੋਸ਼ਿਸ਼ ਕਰੋ ਕਿ ਰੋਜ਼ ਹੀ ਉਹਨਾਂ ਆਪਾਂ ਵਕਤ ਦੇਈਏ। ਬਾਬਾ ਜੀ, ਅੰਦਰਲੀ ਸੋਚ ਦੇ ਪਿਆਰ ਨੂੰ ਕਰਨੀ ਚ ਕਿਸ ਤਰ੍ਹਾਂ ਜ਼ਾਹਰ ਕਰੀਏ? ਬੇਟਾ, ਆਪਣੇ ਵੱਸ ਦੀ ਗੱਲ ਨਹੀਂ ਗੀ। ਦੇਖੋ, ਪਿਆਰ ਨਾ ਸਿਖਾਇਆ ਨਹੀਂ ਜਾ ਸਕਦਾ, ਉਹ ਆਪਣੇ ਆਪ ਸਾਡੇ ਅੰਦਰੋਂ ਜਾਗਰਿਤ ਹੁੰਦਾ ਹੈ। ਹੁਣ ਜਿਵੇਂ ਮਾਂ ਬਾਪ ਦੇ ਨਾਲ ਹੈ, ਜਿਵੇਂ ਜਿਵੇਂ ਆਪਾਂ ਦੇਖਦੇ ਹਾਂ ਕਿਵੇਂ ਉਹ ਸਾਡੀ ਸੰਭਾਲ ਕਰਦੇ ਹੈ, ਕਿਵੇਂ ਸਾਡੇ ਵਾਸਤੇ ਕੁਰਬਾਨੀਆਂ ਦਿੰਦੇ ਹੈ, ਠੀਕ ਹੈ ਨਾ, ਉਹਦੇ ਨਾਲ ਫਿਰ ਇੱਕ ਉਹ ਰਿਸ਼ਤਾ ਜਿਹਾ ਜੁੜਦਾ, ਜਿਹਦੇ ਨਾਲ ਫਿਰ ਸਾਨੂੰ ਪਿਆਰ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸੇ ਤਰ੍ਹਾਂ ਬੇਟਾ, ਜਦੋਂ ਆਪਾਂ ਦੂਜਿਆਂ ਦਾ ਭਲਾ ਕਰਾਂਗੇ, ਸਾਰਾ ਕਰਾਂਗੇ, ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਊਗਾ। ਬਾਬਾ ਜੀ, ਸਮਾਜ ਵਿੱਚ ਕੁਛ ਇਹੋ ਜਿਹੇ ਕੰਮ ਨੇ ਜਿਨ੍ਹਾਂ ਵਿੱਚ ਕਿਸੇ ਦਾ ਭਲਾ ਹੋਣ ਦੇ ਲਈ ਸਾਨੂੰ ਕਈ ਵਾਰ ਕੁਛ ਨਾ ਕੁਛ ਇੱਦਾਂ ਦਾ ਵੀ ਕਰਨਾ ਪੈਂਦਾ, ਕੁਛ ਫਿਰ ਉਹਦੇ ਲਈ ਕੀ ਕਰਨਾ ਚਾਹੀਦਾ? ਨਹੀਂ, ਗਲਤ ਨਹੀਂ ਕਰਨਾ ਬੇਟਾ, ਗਲਤ ਨਹੀਂ ਕਰਨਾ ਬੇਟਾ। ਦੇਖੋ, ਐਂਡਸ ਔਰ ਮੀਨਸ, ਜੇ ਜੋ ਤੁਸੀਂ ਜ਼ਰੀਆ ਅਪਣਾਇਆ ਹੈ, ਭਾਵੇਂ ਲਕਸ਼ ਜਿੰਨਾ ਮਰਜ਼ੀ ਚੰਗਾ ਹੋਵੇ, ਜੇ ਗਲਤ ਜ਼ਰੀਆ ਅਪਣਾਇਆ ਹੈ ਤਾਂ ਫਿਰ ਨਹੀਂ ਤੁਹਾਨੂੰ ਮਿਲੂਗਾ ਬੇਟੇ, ਫਿਰ ਨਤੀਜਾ ਨਹੀਂ ਮਿਲ ਸਕਦਾ।